हेलो एवरीवन, दिस साइड सागर और आप देख रहे हैं सागर जी ब्लॉग्स। हाँ जी दोस्तों, की हाल चाल है जी? तुम देख रहे हो जी सागर जी ब्लॉग्स अपने चैनल तो तुम खाण बानी दे जी। तो खाना जोड़ा है आ बरकत की तुम रिएक्शन पाने जी कि रिएक्शन है इस गाने की, तो की चक्कर है कि नहीं, सच की है गाने का। तुम बेस्ट पार्ट सुनो पहला। ਨਜ਼ਾਰੇ ਗੱਲਾਂ ਵਿੱਚ ਕਰਦੇ ਆ ਉਹ ਮੈਨੂੰ ਕਰਦੇ ਆ ਸਾਗਰਾ ਬੇਬੋਰ ਹੈ। ਮੇਰੀ ਜ਼ਿੰਦਗੀ ਆ ਲੰਘ ਜਾਂਦੀ ਗੱਲਾਂ ਕਰਦੇ ਆ ਰਹਿੰਦੇ ਕੁਝ ਹੋਰ ਹੈ। ਤਾਂ ਦੋਸਤੋ ਇਸ ਗਾਣੇ ਦਾ ਸਭ ਤੋਂ ਬੈਸਟ ਪਾਰਟ ਇਹੀ ਆ ਕਿਉਂਕਿ ਭਾਈ ਨੇ ਲਿਖਿਆ ਬਰਕਤ ਗਾਣਾ ਸਾਈਕੋ ਸਟਾਈਲ। ਤਾਂ ਇਸ ਗਾਣੇ ਵਿੱਚ ਕੀ ਕਿਹਾ ਗਿਆ ਆ ਕਿ ਕਲਮ ਮੈਨੂੰ ਚੱਕਣੀ ਪਈ ਬਟ ਇਹਨਾਂ ਦੀ ਕਲਮਾਂ ਡੈਡ ਆ। ਭਾਈ ਨੇ ਦੋ ਤਿੰਨ ਬੰਦਿਆਂ ਨੂੰ ਤਾਂ ਮੰਨ ਲਓ ਨਹੀਂ ਕਿਹਾ, ਭਾਈ ਨੇ ਸਾਰੇ ਬੰਦਿਆਂ ਨੇ ਕਿਹਾ ਕਿ ਭਾਈ ਇਹ ਸਿੰਗਰ ਹਰੇਕ ਦੇ ਗਾਣੇ ਸੁਣ ਰਹੇ। ਇਸ ਟਾਈਮ ਨਵਾਨ ਸਿੱਧੂ ਦਾ ਗਾਣਾ ਸੁਣਿਆ ਅਤੇ ਪ੍ਰੇਮ ਢਿੱਲੋਂ ਦਾ ਗਾਣਾ ਸੁਣਨ ਤੋਂ ਬਾਅਦ ਭਾਈ ਨੂੰ ਖਿੱਚ ਜ਼ਿਆਦਾ ਚੜ੍ਹੀ ਸੀਗੀ। ਭਾਈ ਕਹਿੰਦੇ ਪ੍ਰੇਮ ਢਿੱਲੋਂ ਭਾਈ ਕੀ ਕਰ ਰਹੇ ਨੇ, ਕਿਉਂਕਿ ਦੇਖੋ ਹੁਣ ਜਿੱਦਾਂ ਵੀ ਆ ਗਾਣਾ ਤਾਂ ਗਾਣਾ ਹੁੰਦਾ, ਭਾਈ ਨੇ ਇਹਦੇ 'ਚ ਕੋਈ ਗੰਦ ਨਹੀਂ ਕਿਹਾ ਬਟ ਪ੍ਰੇਮ ਢਿੱਲੋਂ ਦਾ ਗਾਣਾ ਜਿਹੜਾ ਸੀਗਾ ਤੁਹਾਨੂੰ ਪਤਾ ਕਿੰਨਾ ਉਹਦੇ 'ਚ ਗੰਦ ਬੋਲਿਆ, ਉਹਨੂੰ ਕੋਈ ਕੁੜੀ ਨਹੀਂ ਸੁਣ ਸਕਦੀ। ਅਤੇ ਇਹ ਜਿਹੜਾ ਗਾਣਾ ਹੈ ਭਾਈ ਦਾ ਆ ਇਹਨੂੰ ਕੁੜੀ ਵੀ ਸੁਣ ਸਕਦੀ ਹੈ, ਮੁੰਡਾ ਵੀ ਸੁਣ ਸਕਦਾ ਆ, ਠੀਕ ਹੈ ਜੀ। ਇਸ ਕਰਕੇ ਭਾਈ ਨੇ ਇਸ ਗਾਣੇ ਵਿੱਚ ਇਸ ਗਾਣੇ ਦਾ ਬੈਸਟ ਪਾਰਟ ਸੀ ਭਾਈ ਨੇ ਇਸ ਗਾਣੇ 'ਚ ਕੀ ਕਿਹਾ ਹੈਗਾ ਆ। ਭਾਈ ਨੇ ਕਿਹਾ ਆ ਕਿ ਜਿਹਨਾਂ ਕੋਲ ਘਰ ਦਾ ਬੂਹੇ ਦਾ ਕੁੰਡਾ ਨਹੀਂ ਖੁੱਲਦਾ ਉਹਨਾਂ ਦੀ ਗੱਲਾਂ ਵਿੱਚ ਜ਼ੋਰ ਆ, ਠੀਕ ਆ ਜੀ। ਇੱਕ ਦੂਜੇ ਨੂੰ ਬੋਲੀ ਜਾਂਦੇ ਆ, ਠੀਕ ਆ ਜੀ, ਕਲਮਾਂ ਇਹਨਾਂ ਦੇ ਡੈਡ ਆ ਪਰ ਮੈਨੂੰ ਕਰਦੇ ਇਹ ਬੋਰ ਆ, ਠੀਕ ਆ ਜੀ। ਭਾਈ ਕਹਿੰਦੇ ਜਦੋਂ ਮੇਰਾ ਮੂਡ ਹੁੰਦਾ ਉਦੋਂ ਮੈਂ ਲਿਖਦਾ ਹਾਂ, ਅਤੇ ਕੁੜੀ ਦੀ ਬਾਕੀ ਭਾਈ ਨੇ ਗੱਲ ਕੀਤੀ ਆ ਕਿ ਮੇਰਾ ਚੱਲਦਾ ਹੈ ਨਾ, ਅਤੇ ਤੁਸੀਂ ਮੇਰਾ ਨਾਲ ਲੈ ਕੇ ਜਿਹੜੀ ਮਰਜ਼ੀ ਗੱਡੀ 'ਚ ਬਹਿ ਕੇ ਜਿੱਥੋਂ ਮਰਜ਼ੀ ਜਾ, ਤੈਨੂੰ ਕੋਈ ਵੀ ਪੈਸਾ ਦੇਣ ਦੀ ਲੋੜ ਨਹੀਂ, ਤੈਨੂੰ ਕੋਈ ਵੀ ਹੱਥ ਨਹੀਂ ਲਾਊਗਾ, ਤੈਨੂੰ ਕੋਈ ਕੁਛ ਨਹੀਂ ਕਹੂਗਾ। ਅਤੇ ਇਸ ਗਾਣੇ ਵਿੱਚ ਭਾਈ ਨੇ ਇਹ ਸਾਬਿਤ ਕੀਤਾ ਕਿ ਮੇਰਾ ਨਾਂ ਚੱਲਦਾ ਖਾਣ ਬਾਣੀ, ਜਿਹਨੂੰ 14 ਸੈਕਿੰਡ ਦੇ ਵਿੱਚ ਪੂਰੇ 10,000 ਜਿਹੜੇ ਸੀਗੇ ਲਾਈਕ ਆ ਗਏ ਸੀਗੇ ਅਤੇ ਪੂਰਾ 1,00,000 ਵਿਊ ਆ ਗਿਆ ਸੀ ਗਾਣੇ ਦਾ ਪਾਉਂਦੇ ਹੀ ਬਰਕਤ। ਤਾਂ ਇਸ ਕਰਕੇ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਵੱਡੀ, ਭਾਈ ਕਹਿੰਦੇ ਆ ਕਿ ਮੇਰੇ ਮੂਡ 'ਤੇ ਡਿਪੈਂਡ ਆ। ਅਤੇ ਭਾਈ ਨੇ ਗਾਣੇ ਦੀ ਬੈਸਟ ਲਾਈਨ ਇਹੀ ਆ ਕਿ ਭਾਈ ਕਹਿੰਦੇ ਆ ਗਾਣੇ ਦੀ ਬੈਸਟ ਪਾਰਟ ਇਹੀ ਹੈ ਕਿ ਭਾਈ ਕਹਿੰਦੇ ਮੇਰੀ ਬੇਬੇ ਕਹਿੰਦੀ ਕਿ ਜੇ ਤੂੰ ਬੋਲਦਾ ਇੱਕ ਵਾਰੀ ਬੋਲਦਾ ਨਹੀਂ ਬੋਲਦਾ ਤਾਂ ਕੁਛ ਨਹੀਂ ਬੋਲਦਾ। ਤਾਂ ਇਸ ਕਰਕੇ ਇਸ ਗਾਣੇ 'ਚ ਭਾਈ ਨੇ ਇਹੀ ਕਿਹਾ ਕਿ ਮੇਰੀ ਬੇਬੇ ਕਹਿੰਦੀ ਜਦੋਂ ਤੂੰ ਕਲਮ ਚੱਕਦਾ ਤਾਂ ਇੱਕ ਵਾਰੀ ਚੱਕਦਾ, ਤਾਂ ਕਲਮ ਚੱਕੀ ਭਾਈ ਨੇ ਅਤੇ ਇੱਕ ਵਾਰੀ ਬੋਲਿਆ ਆ ਕਿ ਕੀ ਚੱਕਰ ਆ ਕਿ ਨਹੀਂ। ਤਾਂ ਬਾਕੀ ਕੋਈ ਇੱਦਾਂ ਦੀ ਵੱਡੀ ਗੱਲ ਹੈ ਨਹੀਂ, ਗਾਣੇ ਦਾ ਇਹੀ ਬੈਸਟ ਪਾਰਟ ਸੀਗਾ। ਤੁਹਾਨੂੰ ਪਤਾ ਗਾਣੇ ਸੱਚ ਦੱਸਣ ਆਉਂਦਾ, ਗਾਣੇ ਦਾ ਬੈਸਟ ਪਾਰਟ ਸੁਣਾਤਾ। ਬਾਕੀ ਤਾਂ ਗਾਣੇ ਵਿੱਚ ਉਹੀ ਆ ਜੋ ਅਗਲੇ ਬੋਲਦੇ ਆ ਕਿ ਮੇਰੀ ਜ਼ਿੰਦਗੀ ਆ ਵਧੀਆ, ਮੈਂ ਘੁੰਮਦਾ ਬਾਹਰ ਮੇਰੇ ਵਰਗੇ ਬਥੇਰੇ ਪਰ ਮੈਨੂੰ ਸਮਝ ਹੀ ਨਾ ਅਵਾਰਾ, ਨਹੀਂ ਮੈਂ ਸੱਚਾ ਹੁੰਦਾ ਯਾਰ। ਤਾਂ ਇਸ ਕਰਕੇ ਗੱਲਾਂ ਦੀ ਗੱਲਾਂ ਸਾਰੀਆਂ ਇੱਦਾਂ ਇੱਦਾਂ ਰਹਿੰਦੀਆਂ। ਬਾਕੀ ਚੈਨਲ ਦੇ ਨਵੇਂ ਨੇ ਲਾਈਕ ਕਰਨ, ਕਮੈਂਟ ਕਰਨ, ਸਬਸਕ੍ਰਾਈਬ ਕਰਨ, ਬੈਲ ਆਈਕਨ ਔਨ ਕਰ ਲੈਣ, ਕਿਉਂਕਿ ਗਾਣੇ ਤੁਹਾਨੂੰ ਆਪਾਂ ਬੈਸਟ ਪਾਰਟ ਦੱਸਣਾ ਸੀ ਅਤੇ ਗਾਣੇ ਤੁਹਾਨੂੰ ਸੱਚ ਦੱਸਣਾ ਸੀਗਾ। ਬਾਕੀ ਮੰਗੂ ਨਹੀਂ ਹੈਗਾ ਗਾਣੇ ਦੇ 2 ਟੱਪੇ ਸੁਣੇ ਤਾਂ ਫਿਰ ਤੁਹਾਨੂੰ ਉਹਦਾ ਇੱਦਾਂ ਅਤੇ ਉੱਦਾਂ, ਕਿਉਂਕਿ ਗਾਣੇ ਦਾ ਸਾਰਾ ਸੁਣਨ ਤੋਂ ਬਾਅਦ ਇੱਕ ਹੀ ਮਤਲਬ ਸਮਝ ਆਉਂਦਾ ਕਿ ਭਾਈ ਕਹਿੰਦੇ ਨੇ ਕਿ ਉਹਨਾਂ ਦੀ ਕਲਮਾ ਡੈਡ ਆ, ਜਿਹਨਾਂ ਕੋਲ ਘਰ ਦਾ ਬੂਹੇ ਦਾ ਕੁੰਡਾ ਵੀ ਨਹੀਂ ਖੁੱਲਦਾ, ਗੱਲਾਂ 'ਚ ਹੀ ਜ਼ੋਰ ਆ ਬਸ। ਭਾਈ ਨੇ ਸਾਰੇ ਗਾਣੇ 'ਚ ਇਹੀ ਸਮਝਾਇਆ ਅਤੇ ਬਾਕੀ ਦੂਜੇ ਨੰਬਰ 'ਤੇ ਕਿਹਾ ਆ ਕਿ ਮੇਰਾ ਨਾਂ ਚੱਲਦਾ ਆ, ਤੂੰ ਜਿਹੜੀ ਮਰਜ਼ੀ ਗੱਡੀ 'ਚ ਬਹਿ, ਤੈਨੂੰ ਕੋਈ ਰੋਕੂਗਾ ਨਹੀਂ, ਤੇ ਕੋਈ ਪੈਸਾ 'ਤੇ ਲੈਣ ਲਊਗਾ ਨਾ, ਤੈਨੂੰ ਕੋਈ ਹੱਥ ਲਾਊਗਾ, ਬਸ ਇਹੀ ਗੱਲ ਆ ਜੀ। ਧੰਨਵਾਦ ਜੀ।